ਦੱਸੋ ਵੀ ਕਿੰਨੀ ਦੀ ਲਾਗਤ ਨਾਲ ਬਣੇ, ਕਿੰਨੇ ਜਿੰਮ ਲੱਗੇ ਹੋਏ ਨੇ? ਦੇਖੋ ਲਹਿਰੇ ਦੇ ਵਿੱਚ ਅਸੀਂ ਤਕਰੀਬਨ 7 ਲਹਿਰੇ ਹਲਕੇ ਲਈ 7 ਜਿੰਮਾਂ ਦਿੱਤੀਆਂ ਨੇ, ਜਿਹਦੇ ਵਿੱਚੋਂ ਲਹਿਰਾ ਸ਼ਹਿਰ ਦੇ ਲਈ ਅਸੀਂ 2 ਜਿੰਮਾਂ ਦਿੱਤੀਆਂ ਨੇ, ਜਿਨ੍ਹਾਂ ਦੀ ਲਾਗਤ 3,33,000 ਆ, ਜਿਨ੍ਹਾਂ ਦੇ ਵਿੱਚ 12-12 ਦੇ 2 ਸੈੱਟ ਲਗਾਏ ਗਏ ਨੇ। ਪਹਿਲਾ ਸੈੱਟ ਇੱਥੇ SDM ਦਫ਼ਤਰ 'ਚ ਲਗਾਇਆ ਗਿਆ, ਦੂਸਰਾ ਆਪਣਾ ਸਟੇਡੀਅਮ ਦੇ ਵਿੱਚ ਫਿੱਟ ਕੀਤਾ ਗਿਆ, ਜਿਨ੍ਹਾਂ ਦਾ ਅੱਜ ਲਹਿਰੇ ਵਾਲਿਆਂ ਦਾ ਦੋਨਾਂ ਦਾ ਉਦਘਾਟਨ ਕਰਨ ਆਏਗੇ। ਅਤੇ ਗੌਰਵ ਜੀ ਨੇ ਕਿ ਨਾਲ ਨੇਗੇ ਮੇਰੇ ਅਤੇ ਸਾਡੇ ਵਰਕਰ ਸਾਹਿਬਾਨ। ਅਤੇ ਹੋਰ ਵੀ ਕੋਈ ਭਵਿੱਖ ਵਿੱਚ ਇਹੋ ਜਿਹਾ ਇਨੀਸ਼ੀਏਟਿਵ ਹੈ ਕੋਈ? ਬਿਲਕੁਲ, ਜਿਉਂ ਜਿਉਂ ਆਪਾਂ ਪਲੈਨਿੰਗ ਬੋਰਡ ਦੀਆਂ ਗ੍ਰਾਂਟਾਂ ਆਈ ਜਾਣਗੀਆਂ ਤਾਂ ਉਹਨਾਂ ਤੋਂ MLA ਸਾਹਿਬ ਦੀ ਜੋ ਵੀ ਡਿਮਾਂਡ ਹੋਊਗੀ ਉਸ ਦੇ ਮੁਤਾਬਿਕ ਹਲਕੇ ਨੂੰ ਗ੍ਰਾਂਟਾਂ ਦਿੱਤੀਆਂ। ਸਟੇਡੀਅਮ ਦੇ ਵਿੱਚ ਕੋਈ ਹੋਰ ਨਵੇਂ ਕੰਮ ਲੱਗੇ ਤੁਹਾਨੂੰ ਕੁਛ ਕਰਵਾਉਣ ਵਾਲੇ? ਦੇਖੋ ਅੱਜ ਸਟੇਡੀਅਮ ਦਾ ਦੌਰਾ ਕੀਤਾ, ਉਹਦੇ ਵਿੱਚ ਵੈਸੇ ਕਾਫੀ ਵਧੀਆ ਸਟੇਡੀਅਮ ਆ, ਜਿੱਥੇ ਵੀ ਥੋੜ੍ਹੀ ਮੋਟੀ ਕਮੀ ਹੈਗੀ ਉਸ 'ਤੇ ਅੱਜ ਗੌਰਵ ਜੀ ਨਾਲ ਡਿਸਕਸ਼ਨ ਕੀਤਾ ਗਾ ਅਤੇ ਇੱਥੇ ਕੋਚ ਵਗੈਰਾ ਦਾ ਖੁਸ਼ੀ ਕਰ ਰਹੇ ਵੀ ਹੋਰ ਕੋਚਾਂ ਦਾ ਇੰਤਜ਼ਾਮ ਕੀਤਾ ਜਾਵੇ। ਅਤੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਤੁਸੀਂ ਜਿੰਮ ਲਾਏ ਨੇ ਗੇ, ਓਪਨ ਜਿੰਮ ਲਾਏ ਨੇ, ਤੁਸੀਂ ਇਹਦੇ ਕਿੰਨੇ ਵੀ ਅੱਗੇ ਨੂੰ ਵੀ ਦੇਵਾਂਗੇ, ਨੌਜਵਾਨਾਂ ਬਾਰੇ ਕੀ ਸੁਨੇਹਾ ਜੀ? ਦੇਖੋ ਜੀ, ਅਸੀਂ ਨੌਜਵਾਨਾਂ ਦੀ ਸਿਹਤ ਲਈ ਪੰਜਾਬ ਸਰਕਾਰ ਮਾਨ ਸਾਹਿਬ ਲਗਾਤਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਜੀ। ਜਿਹੜਾ ਸਾਡਾ ਮੇਨ ਉਦੇਸ਼ ਆ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਗਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ, ਜਿਸ ਦੇ ਲਈ ਮਾਨ ਸਾਹਿਬ ਸਰਕਾਰ ਲਗਾਤਾਰ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾ ਰਹੀ ਹੈਗੀ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਆ ਤਾਂ ਕਿ ਉਹ ਖੇਡਾਂ ਦੇ ਵਿੱਚ ਅੱਗੇ ਆਉਣ, ਦੇਸ਼ ਦਾ ਨਾਂ ਰੋਸ਼ਨ ਕਰਨ, ਪੰਜਾਬ ਦਾ ਨਾਂ ਰੋਸ਼ਨ ਕਰਨ। ਅਤੇ ਇਸੇ ਦੇ ਤਹਿਤ ਜਿਹੜੇ ਮਾਨ ਸਾਹਿਬ ਨੇ ਖੇਡ ਪਾਲਿਸੀ ਵੀ ਲੈ ਕੇ ਆਏ ਨੇਗੇ, ਜਿਸ ਦੇ ਵਿੱਚ ਵਿਜੇਤਾ ਨੂੰ 1 ਕਰੋੜ ਰੁਪਇਆ ਅਤੇ ਜਿਹੜਾ ਸੈਕਿੰਡ ਆਊਗਾ ਉਹਨੂੰ 50 ਲੱਖ ਦਾ ਇਨਾਮ ਵੀ ਘੋਸ਼ਿਤ ਕੀਤੇ ਨੇ, ਦੇ ਵੀ ਰਹੇ ਹਾਂਗੇ। ਅਤੇ ਪਹਿਲੀ ਵਾਰ ਹੋਇਆ ਭਾਰਤ ਦੇ ਵਿੱਚ ਵੀ ਜੋ ਸਾਡੇ ਖਿਡਾਰੀ ਬਾਹਰ ਵਿਦੇਸ਼ਾਂ ਦੇ ਵਿੱਚ ਖੇਡਣ ਜਾ ਰਹੇ ਨੇ ਉਹਨਾਂ ਨੂੰ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੋਈ ਜੁੱਤੇ ਜਾਂ ਕੋਈ ਹੋਰ ਜ਼ਰੂਰੀ ਚੀਜ਼ਾਂ ਨੇ ਉਹਨਾਂ ਦੇ ਲਈ ਸਾਡੀ ਸਰਕਾਰ ਐਡਵਾਂਸ ਦੇ ਵਿੱਚ 8 ਲੱਖ ਰੁਪਏ ਦੇ। ਇੱਕ ਸਰ, ਇਹਨੂੰ ਹਟ ਕੇ ਆਪਾਂ ਗੱਲ ਕਰਦੇ ਹਾਂ, ਲੋਕ ਸਭਾ ਚੁਣਾਓ ਚੋਣਾਂ ਮੁਗਲ ਸਿਰ 'ਤੇ ਨੇ 2024, ਤੁਸੀਂ ਪਹਿਲਾਂ ਖੜ੍ਹੇ ਹੋਏ ਸੀ, ਇਹਨੂੰ ਕੀ ਅੱਗੇ ਦਾ ਕੀ ਤੁਹਾਡਾ ਕਹਿਣਾ ਇਹਦੇ ਬਾਰੇ? ਦੇਖੋ ਜਿਹੜੀ ਪਾਰਟੀ ਜਿਵੇਂ ਵੀ ਹੋਊਗੇ, ਦੇਖੋ ਪਾਰਟੀ ਦੀ ਸਾਡੇ ਸੀਨੀਅਰ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਨੇ ਗੇ, ਉਹਨਾਂ ਨੇ ਡਿਸਾਈਡ ਕਰਨਾ ਜਿਸ ਤਰ੍ਹਾਂ ਉਹਨਾਂ ਦਾ ਉਦੇਸ਼ ਆ ਉਸੇ ਤਰੀਕੇ ਨਾਲ ਪਾਰਟੀ ਦੇ ਵਿੱਚ ਕੰਮ। ਕੀ ਤੁਸੀਂ ਤਿਆਰੀ ਕਰ ਰਹੇ ਹੋ ਜੀ ਇਸ ਵਾਰ ਲੋਕ ਸਭਾ ਦੀ? ਦੇਖੋ ਜੀ, ਆਪਣੇ ਵੱਲੋਂ ਜੋ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ, ਜ਼ਿਲ੍ਹਾ ਪ੍ਰਧਾਨ ਦੀ ਵੀ ਜ਼ਿੰਮੇਵਾਰੀ ਦਿੱਤੀ ਆ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਦੀ ਵੀ ਜ਼ਿੰਮੇਵਾਰੀ ਦਿੱਤੀ ਆ, ਫਿਲਹਾਲ ਇਹਨਾਂ 'ਤੇ ਪਾਰਟੀ ਦੇ ਲਈ ਕੰਮ ਕਰ ਰਹੇ ਹਾਂਗੇ, ਬਾਕੀ ਜੋ ਵੀ ਪਾਰਟੀ ਦਾ ਹੁਕਮ ਹੋਊਗਾ ਉਸ 'ਤੇ ਕੰਮ ਕਰ। ਥੈਂਕ ਯੂ।